ਮਾਈਗ੍ਰੇਸ਼ਨ ਦੀ ਇੰਡਸਟਰੀ ਇੱਕ ਡਰ ਦੀ ਇੰਡਸਟਰੀ ਬਣ ਗਈ ਹੈ। ਕਿਉਂ? ਜਿਹੜੇ ਏਜੰਟ ਨੇ ਜਿਹੜਾ ਕੋਰਸ ਨਹੀਂ ਵੇਚਣਾ ਉਹ ਇਹ ਕਹਿ ਦਿੰਦਾ ਜੀ ਇਹਦੇ ਚ ਪੀ ਆਰ ਬੰਦ ਹੋ ਗਈ। ਵਿਕਟੋਰੀਆ ਦੇ ਵਿੱਚ ਜਿਹੜੇ ਰੀਸੈਂਟ ਰਾਊਂਡ ਹੋਏ ਸੀ ਅਸੀਂ ਦੇਖਿਆ ਕੁੱਕਰੀ ਜਾਂ ਸ਼ੈਫ ਤੇ ਕਾਰਪੈਂਟਰ ਨੂੰ ਵੀ ਇਨਵਾਈਟ ਹੈ। ਵੇਅਰ ਇਹ ਉਹੀ ਕੋਰਸ ਨੇ ਜਿਹੜੇ ਬਹੁਤ ਸਾਰੇ ਏਜੰਟਸ ਨੇ ਇਹ ਕਿਹਾ ਕਿ ਵੇਚਣੇ ਬੰਦ ਕਰਤੇ ਜਾਂ ਲੋਕਾਂ ਨੂੰ ਦਿੱਤੇ ਨੀ ਇਹ ਕੋਰਸ ਕਿ ਜੀ ਇਹਦੇ ਚ ਪੀ ਆਰ ਨਹੀਂ ਹੈ। ਗੱਲ ਜ਼ਰੂਰ ਸਮਝਿਓ ਕਿ ਜਿਹੜੀ ਡਿਮਾਂਡ ਹੈਗੀ ਹੈ ਜਿਹੜੇ ਓਕੂਪੇਸ਼ਨ ਦੀ ਉਹਨਾਂ ਦੀ ਪੀ ਆਰ ਹਮੇਸ਼ਾ ਰਹਿਣੀ ਹੈ। ਇੱਕ ਗਲੀ ਦੇ ਵਿੱਚ ਦੋ ਰੈਸਟੋਰੈਂਟ ਹੋ ਸਕਦੇ ਜਿੱਥੇ 10 ਸ਼ੈਫ ਕੰਮ ਕਰਦੇ ਹੋਣ, ਬਟ ਇੱਕ ਗਲੀ ਦੇ ਵਿੱਚ ਕਦੀ ਤੁਹਾਨੂੰ 10 ਫੈਬਰੀਕੇਸ਼ਨ ਵਾਲੇ ਜਾਂ ਕੈਬਿਨੇਟ ਮੇਕਰ ਵਾਲੇ ਲੋਕ ਨਹੀਂ ਮਿਲਣੇ। ਤੇ ਇਸ ਲਈ ਜਦੋਂ ਵੀ ਤੁਸੀਂ ਕੋਈ ਕੋਰਸ ਚੂਜ਼ ਕਰਦੇ ਹੋ ਏਜੰਟ ਦੀ ਸਲਾਹ ਤੋਂ ਬਾਅਦ ਆਪਣੀ ਖੁਦ ਦੀ ਰਿਸਰਚ ਕਰੋ। ਸੋਚੋ ਸਮਝੋ ਕਿ ਕਿਉਂ ਤੁਸੀਂ ਇਹ ਕੋਰਸ ਕਰਨ ਲੱਗੇ ਹੋ। ਜੇ ਉਸ ਕੋਰਸ ਦੇ ਵਿੱਚ ਵੜਦੇ ਪਏ ਹੋ ਇਹ ਵੀ ਮੇਕ ਸ਼ੋਰ ਕਰੋ ਕਿ ਤੁਸੀਂ ਉਸ ਫੀਲਡ ਦੇ ਵਿੱਚ ਕੰਮ ਕਰੋ। ਡਜ਼ ਨਾਟ ਓਨਲੀ ਓਪਨ ਪੀ ਆਰ ਪਾਥਵੇਜ ਅੰਡਰ ਸਕਿੱਲਡ ਮਾਈਗ੍ਰੇਸ਼ਨ ਬਟ ਆਲਸੋ ਅੰਡਰ ਇੰਪਲੋਇਰ ਸਪੋਂਸਰਡ ਵੀਜ਼ਾ ਸਿਸਟਮ।